ਕੀ ਨਾਮ ਭਾਈ ਤੁਹਾਡਾ? ਜਲਦੀ ਬੋਲੋ ਯਾਰ। ਪਿੰਦਰ ਸਿੰਘ। ਕਿਹੜੇ ਪਿੰਡ ਤੋਂ ਆਉਂਦੇ ਜੀ? ਟੇਵੜ ਤੋਂ ਜੀ। ਤੇ ਅੱਜ ਵੱਲਾ ਮੰਡੀ ਚ ਕਿੰਨੀਆਂ ਮੰਜਾਂ ਲੈ ਕੇ ਆਏ ਜੀ? 16 ਮੱਝਾਂ ਲੈ ਕੇ ਆਏ ਜੀ। 16 ਮੱਝਾਂ ਲਿਆਂਦੀਆਂ? ਤੇ ਇਹ ਮੱਝਾਂ ਕਿੱਥੇ? ਹਰਿਆਣੇ ਦੀਆਂ ਕਿੱਦਾਂ ਦੀਆਂ ਨੇ ਜੀ? ਸਾਰਿਆਂ ਹਿਸਾਰ ਜ਼ਿਲ੍ਹੇ ਤੋਂ ਆਈਆਂ ਨੇ। ਅੱਛਾ ਅੱਛਾ। ਤੇ ਕੀ ਖੂਬੀ ਹੈਗੀ ਹੈ ਬਈ ਇਹਨਾਂ ਮੱਝਾਂ ਵਿੱਚ? ਦੂਜੇ ਸੂਏ ਬੜੀ ਅੱਛੀ ਗੱਲ ਹੈ। ਤੇ 16 ਚੋਂ ਕਿੰਨੀਆਂ ਵਿਕੀਆਂ ਤੁਹਾਡੇ ਕੋਲੋਂ? 16 ਜੇ ਵਿਕੀਆਂ ਜੀ, 7-8 ਵਿਕੀਆਂ ਜੀ, 7 ਰਹਿ ਗਈਆਂ। 7-8 ਹੀ ਰਹਿ ਗਈਆਂ, 7-8 ਵਿਕ ਗਈਆਂ ਨੇ। ਅੱਛਾ ਅੱਛਾ। ਤੇ ਇਹ ਕਿੱਥੇ ਕਿੱਥੇ ਦੇ ਬੰਦੇ ਲੈਣ ਆਏ ਤੁਹਾਡੇ ਕੋਲ ਜੀ? ਜੰਮੂ ਦੇ। ਇਹ ਜੰਮੂ ਵਾਲਿਆਂ ਨੇ ਲਈਆਂ ਨੇ? ਹਾਂ, ਜੰਮੂ ਵਾਲੇ ਨੇ। ਅੱਛਾ ਅੱਛਾ। ਤਾਂ ਜੰਮੂ 'ਚ ਕਿਹੜੀ ਜਗ੍ਹਾ ਮਿਲਣੀ ਆ ਭਾਜੀ ਇਹ ਮੱਝਾਂ? ਬਿਸ਼ਨਾ। ਅੱਛਾ, ਕਿਆ ਨਾਮ ਕਿਆ ਜੀ ਆਪਣਾ? ਕਿਤਨਾ ਫੋਨ ਨੰਬਰ ਕਿਤਨਾ ਹੁੰਦਾ ਜੀ ਤੁਹਾਡਾ? 9670-6653। ਹੋਰ ਕੋਈ ਨੰਬਰ ਬੋਲਦੇ ਹੋ? ਕਿੰਨੀਆਂ ਮੱਝਾਂ ਖਰੀਦੀਆਂ ਜੀ ਤੁਸੀਂ ਇੱਥੋਂ ਅੱਜ? 2। ਇਹ ਵੇਚਣ ਵਾਸਤੇ ਨੇ? ਅੱਛਾ, ਰੱਖਣ ਵਾਸਤੇ। ਵੇਚਣ ਵਾਲਿਆਂ ਦਾ ਕੋਈ ਨੰਬਰ ਦੇਣਾ ਉਹ ਵੀ ਦੇ ਦਿਓ। 9015-0188। ਹਾਂਜੀ, ਤੁਹਾਡਾ ਕੀ ਨੰਬਰ ਹੈ ਜੀ? 9015-0188। 9015-0188-18। ਇਹ ਤੁਹਾਡਾ ਜਿਹੜਾ ਪੰਜਾਬ ਦਾ ਨੰਬਰ ਹੈ ਜੀ? ਹਾਂਜੀ ਜੀ। ਅੱਛਾ ਅੱਛਾ। ਤੁਹਾਡੇ ਕੋਲ ਕਿੰਨੀਆਂ ਮੱਝਾਂ ਤਿਆਰ ਹੁੰਦੀਆਂ ਜੀ ਹਮੇਸ਼ਾ? ਹਮੇਸ਼ਾ ਜੀ 8-10 ਖੜੀਆਂ ਰਹਿੰਦੀਆਂ ਜੀ। 8-10 ਮੱਝਾਂ ਜਿਹੜੀਆਂ ਨੇ ਸੇਲ ਵਾਸਤੇ ਤਿਆਰ ਹੁੰਦੀਆਂ ਨੇ? ਹਾਂਜੀ ਹਾਂਜੀ, ਠੀਕ ਹੈ। ਕੀ ਨਾਮ ਭਾਈ ਤੁਹਾਡਾ? ਗੋਰਖੀ ਹੈ ਜੀ। ਗੋਰਖੀ, ਕਿਹੜੇ ਪਿੰਡ ਤੋਂ ਜੀ? ਜਲਾਲਪੁਰ ਤੋਂ ਜੀ। ਜਲਾਲਪੁਰ ਤੋਂ ਕਿੰਨੀਆਂ ਮੱਝਾਂ ਲੈ ਕੇ ਆਏ ਜੀ ਅੱਜ? ਮੈਂ 15 ਲਿਆਂਦੀਆਂ ਜੀ। 15 ਲਿਆਂਦੀਆਂ ਸੀ, ਕਿੰਨੀਆਂ ਵਿਕੀਆਂ ਜੀ? ਮੈਂ 7 ਵਿਕੀਆਂ ਜੀ। 7 ਵਿਕੀਆਂ, 8 ਹਲੇ ਹੋਰ ਨੇ ਵਿਕਣੇ ਵਾਸਤੇ। ਠੀਕ ਹੈ। ਠੀਕ ਹੈ ਜੀ। ਇਹ ਭਾਜੀ ਇਹ 1 ਨੰਬਰ 'ਤੇ ਜਿਹੜੀ ਮੱਝ ਖੜੀ ਹੈ ਥੱਲੇ ਕਿੰਨਾ ਦੁੱਧ ਹੋਏਗਾ ਜੀ? ਇਹਦੇ ਕੋਲ 18-19 ਕਿਲੋ ਦੁੱਧ ਹੈਗਾ ਜੀ। 18-19 ਕਿਲੋ ਦੁੱਧ ਵਾਲੀ ਮੱਝ ਹੈ। ਕਿਵੇਂ ਸੂਈ ਹੈ? ਦੂਜਾ ਸੂਆ ਜੀ। ਦੂਜਾ ਸੂਆ। ਕਿਤਨੀ ਕੀਮਤ ਹੋਣੀ ਚਾਹੀਦੀ ਇਹਦੀ? ਇਹਦਾ 1-10 ਮੰਗਦੇ ਜੀ। ਅੱਛਾ, ਦੇਣ ਦੇ ਮੁੱਲ ਘੱਟ ਹੈ ਕਿੰਨਾ ਹੈਗਾ ਉਹ ਦੱਸ ਦਿਓ। 90,000 ਦੀ ਦੇਵਾਂਗੇ। 90,000 ਦੀ ਦੇਵਾਂਗੇ। ਇਹ ਇੱਕ ਹੋਰ ਹੈ ਮੱਝ ਦਿਖਾਈ ਯਾਰ ਜੀ, ਇਹ ਵੀ ਸੂਈ ਹੈ ਜੀ। ਇਹ ਕਿੰਨਾ ਦਿਨਾਂ ਦੀ ਸੂਈ ਹੈ? ਇਹਨੂੰ 6 ਦਿਨ ਹੋ ਗਿਆ ਸੂਈ ਨੂੰ। 6 ਦਿਨ ਦੀ। ਕਿੰਨਾ ਦੁੱਧ ਦੀ ਉਮੀਦ ਹੈ ਇਹਦੇ? ਇਹਦੇ ਕੋਲ 16-17 ਕਿਲੋ ਬੋਲੀ ਹੈ ਜੀ। 17 ਬੋਲੀ ਹੈ, ਅਤੇ ਫਿਰ ਕਿੰਨਾ ਵੀਹ ਦੀ ਉਮੀਦ ਹੈ ਤੁਹਾਨੂੰ ਇਹਦੇ 'ਤੇ? ਹਾਂਜੀ ਹਾਂਜੀ ਹਾਂਜੀ। ਇਹਦਾ ਮੁੱਲ ਕਿੰਨਾ ਹੋਣਾ ਚਾਹੀਦਾ? ਇਹਦਾ ਮੁੱਲ ਤਾਂ 1-20 ਕਰਦੇ ਜੀ। 1-20 ਲੱਖ ਰੁਪਏ 'ਚ ਮਿਲ ਜਾਏਗੀ? ਹਾਂਜੀ ਹਾਂਜੀ ਹਾਂਜੀ। ਚਲੋ ਠੀਕ ਹੈ। ਕਿੰਨੇ ਦੀ ਹੋਣੀ ਚਾਹੀਦੀ ਹੈ ਜੀ?
1,10,000 ਦੀ ਦਿੰਦਾਂਗੇ 1 ਲੱਖ ਰੁਪਏ ਦੇ ਆਸ-ਪਾਸ ਹੋ ਗਈਆਂ ਸਾਰੀਆਂ ਯਾਰ ਤੇ ਐ ਹੀ ਕੋਹਰਾ ਜੀ ਐ ਇਹ ਵੀ ਪਹਿਲਾ ਸੂਆ ਸੂਈ ਐ ਇਹ ਵੀ ਪਹਿਲਾ ਸੂਆ ਇਹਦੀ ਕਿੰਨੀ ਕੀਮਤ ਹੈ ਜੀ ਇਹਦਾ 90,000 ਰੁਪਇਆ ਜੀ 90,000 ਰੁਪਇਆ ਇੱਕ ਵਾਰ ਤੁਹਾਡਾ ਫੋਨ ਨੰਬਰ ਬੋਲਾਂ ਜੀ 88473 ਹਾਂਜੀ 81580 ਇੱਕ ਵਾਰੀ ਹੋਰ ਬੋਲ ਦਿਓ 88473 81580 ਠੀਕ ਹੈ ਆਹ ਮੁੰਡੇ ਦੀ ਦੋ ਫੋਟੋ ਇਹਨੂੰ ਪੁੱਛੋ ਫੋਨ ਨੰਬਰ ਆ ਬੇਟਾ ਇਹ ਕੋਨੇ ਵਾਲੀ ਮੱਝ ਹੈ ਸਿੰਘ ਟੁੱਟੀ ਕਿੰਨਾ ਤੂੰ ਦਿੰਦੀ ਹੈ 12-13 ਦਿੰਦੀ ਹੈ ਬੋਲੀ 12-13 ਅੱਛਾ ਇਹ ਕਿੰਨਾ ਮੁੱਲਦੀ ਆ ਹਾਂਜੀ ਮੁੱਲ ਕਿੰਨਾ ਇਹਦਾ 1,10,000 ਕਰ ਦੇ 1,10,000 ਦੇਣੀ ਕਿੰਨੇ ਦੀ ਹੈ 80,000 ਦੀ ਦੇ ਦਿਆਂਗੇ ਕੀ ਨਾਮ ਆਈ ਤੁਹਾਡਾ ਹਾਂਜੀ ਸੁੱਖਾ ਸੋ ਕਿਹੜੇ ਪਿੰਡ ਤੋਂ ਜੀ ਛਿਆਨਵੇਂ 542 ਇੱਕ ਵਾਰੀ ਹੋਰ ਬੋਲਣਾ 96532 ਹਾਂਜੀ 99748 ਕੀ ਨਾਂ ਭਾਈ ਤੁਹਾਡਾ ਬਲਕਾਰ ਸਿੰਘ ਜਲਦੀ ਬੋਲੋ ਬਲਕਾਰ ਸਿੰਘ ਕਿਹੜੇ ਪਿੰਡ ਤੋਂ ਹੁੰਦੇ ਜੀ ਪੱਟੀ ਤੇ ਅੱਜ ਵੱਲਾ ਮੰਡੀ 'ਚ ਕਿੰਨੀਆਂ ਗਾਵਾਂ ਮੱਝਾਂ ਲੈ ਕੇ ਆਏ ਜੀ 13 ਨੰਗਰ ਜੀ 13 ਨੰਗਰ ਲਿਆਉਂਦੇ ਇਹ ਜਿਹੜੀ ਨੀਲੀ ਰਾਵੀ ਹੈ ਜੀ ਇਹਦਾ ਕਿੰਨਵੇਂ ਸੂਈ ਹੈ ਅਤੇ ਦੂਜਾ ਸੂਆ ਦੂਜਾ ਸੂਆ ਅਤੇ ਕਿੰਨੇ ਦਿਨਾਂ ਦੀ ਸੂਈ ਹੋ ਗਈ ਹਫ਼ਤਾ ਹੋ ਗਿਆ ਹਫ਼ਤੇ ਦੀ ਕਿੰਨਾ ਕੁ ਦੁੱਧ ਤਿਆਰ ਹੋਏਗਾ ਦੁੱਧ 16 ਕਿਲੋ 16 ਤਿਆਰ ਹੈ ਕਿੰਨੇ ਦੀ ਉਮੀਦ ਹੈ 1,20 ਹੋ ਗਏ 20 ਦੇ ਦੇਗੀ ਮੁੱਲ ਕਿੰਨਾ 1,20,000 ਤੇ ਮੰਗਣ ਦਾ ਦੇਣ ਦਾ ਕਿੰਨੇ ਦਾ 1,00,000 ਰੁਪਏ ਦੇ ਦਿਓਗੇ ਚਲੋ ਤੁਹਾਡਾ ਫੋਨ ਨੰਬਰ ਦੱਸੋ 99652 77 ਜਲਦੀ ਬੋਲੋ ਜਰਾ 99652 77 77 ਅੱਛਾ ਤੇ ਇਹ ਜਿਹੜੀ ਇਹ ਮੱਝ ਖੜੀ ਹੈ ਜੀ ਇਹ ਪਹਿਲੇ ਸੂਏ ਦੰਦ ਚਾਰ ਦੰਦ ਇਹ ਕਿੰਨੇ ਦੀ ਹੈ ਜੀ 90,000 'ਚ ਮਿਲੇਗੀ ਇਹ ਜਿਹੜੀ ਇੱਧਰ ਖੜੀ ਹੈ ਜੀ ਇਹ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੀਆਂ ਮੱਝਾਂ ਲਿਆਉਂਦੀਆਂ ਜੀ 12 ਲਿਆਉਂਦੀਆਂ ਜੀ ਅੱਛਾ ਦੋ ਗਾਈਂ ਦੋ ਗਾਈਂ ਅਤੇ ਇਹ ਜਿਹੜੀਆਂ ਮੱਝਾਂ ਹੈਗੀਆਂ ਨੇ ਕਿੰਨੇ ਕਿਹਨੇ ਪਾ ਦੀਆਂ ਨੇ ਜੀ ਇਹ ਕਿੰਨੇ ਦੀ ਹੈ ਮੱਝ ਹੈ ਕਿੰਨੀ ਕੀਮਤ ਹੋਏਗੀ ਇਹਦੀ 75,000 ਹੀ ਮਿਲੇਗੀ ਤੁਹਾਡਾ ਫੋਨ ਨੰਬਰ ਦੱਸਦਾ ਜਰਾ ਹਾਂਜੀ ਫੋਨ ਨੰਬਰ ਬੋਲੋ 99 56 ਹਾਂਜੀ 72 77 ਹੋਰ ਕੁਛ ਨਹੀਂ ਕੋਈ ਹਾਂਜੀ ਹਾਂਜੀ ਇਹ ਜਿਹੜੀਆਂ ਸਾਹਮਣੇ ਮੱਝਾਂ ਨੇ ਕਿੰਨੇ ਕਿੰਨੇ ਤੂੰ ਦਲੀ ਜਾਣੇ ਦਸ ਦਸ ਕਿਲੋ ਤੋਂ ਜ਼ਿਆਦਾ ਦੀਆਂ ਨੇ ਸਾਰੀਆਂ ਔਰ ਕੀਮਤ ਇਹਨਾਂ ਦੀ 75 ਘੱਟੋ ਘੱਟ ਕਿੰਨੇ ਦੀ ਹੈਗੀ ਜੇ 60,000 ਤੋਂ ਸ਼ੁਰੂ ਹੋ ਗਏ 1,00,000 ਰੁਪਏ ਤੱਕ ਹੈਗੀ ਹੈ ਸਾਰੀਆਂ ਲੱਖ ਤੋਂ ਬਾਅਦ ਅੱਛਾ
ਠੀਕ ਹੈ ਆਪਣੀ।